ਹਾਂਜੀ ਮੰਮੀ ਜੀ, ਕਿੱਦਾਂ ਫਿਰ? ਠੀਕ ਜੇ? ਠੀਕ ਹੈ ਪੁੱਤ ਹੁਣ ਤੇ? ਪਿਆ ਮਾੜਾ ਮੋਟਾ ਫਰਕ? ਹਾਂ ਹੁਣ ਫਰਕ ਹੈ ਮਾੜਾ ਮੋਟਾ, ਅੱਗੇ ਨਾਲੋਂ ਠੀਕ ਠੀਕ ਲੱਗਦਾ ਹੈ। ਹੈ। ਚਲੋ ਵਧੀਆ ਗੱਲ ਆ, ਹਾਂ ਆਪੇ ਪਰਮਾਤਮਾ ਨੇ ਹੌਲੀ ਹੌਲੀ ਠੀਕ ਕਰ ਦੇਣਾ। ਬਸ ਉਹਨੇ ਵਾਹਿਗੁਰੂ ਨੇ ਕਰਨਾ ਜੋ ਕਰਨਾ। ਹਾਂ, ਤੇ ਗੱਲ ਇੱਦਾਂ ਹੈ ਜੀ, ਅੱਜ ਮੰਮੀ ਜੀ ਦਾ ਓਪਰੇਟ ਹੋਏ ਨੂੰ, ਅੱਜ 25 ਤਰੀਕ ਆ। 25 ਤਰੀਕ ਹਾਂ, ਨੂੰ ਤੇ ਅੱਜ 25 ਦਿਨ ਹੋ ਗਏ ਆ ਜੀ, ਤੇ ਅੱਜ ਜਾਣਾ ਜੀ ਆਪਾਂ ਗੁਰਦਾਸਪੁਰ ਹੋਸਪਿਟਲ ਜਿੱਥੇ ਮੰਮੀ ਦਾ ਓਪਰੇਟ ਹੋਇਆ ਸੀ ਡਰੈਸਿੰਗ ਵਾਸਤੇ। ਤੇ ਲਾਸਟ ਡਰੈਸਿੰਗ ਤੇ ਡਾਕਟਰ ਨੇ ਕਿਹਾ ਸੀ ਵੀ ਜਿੱਦਣ ਹੁਣ ਨੈਕਸਟ ਟਾਈਮ ਆਓਗੇ ਉਦਣ ਆਪਾਂ ਐਕਸਰਾ ਕਰਕੇ ਦੇਖਾਂਗੇ, ਤੇ ਫਿਰ ਮੰਮੀ ਜੀ ਦੇ ਲੱਤ ਤੇ ਭਾਰ ਪਵਾਵਾਂਗੇ। ਤੇ ਅੱਜ ਜਾਣਾ ਹੈ ਜੀ ਆਪਾਂ ਹੋਸਪਿਟਲ, ਤੇ ਫਿਰ ਦੇਖਦੇ ਹਾਂ ਜੀ ਉੱਥੇ ਜਾ ਕੇ ਡਾਕਟਰ ਸਾਹਿਬ ਕੀ ਪ੍ਰੋਸੈਸ ਕਰਦੇ ਆ, ਤੇ ਜੇ ਤੇ ਮਤਲਬ ਕਿ ਜੋੜ ਉਹਨਾਂ ਨੇ ਐਕਸਰਾ ਕਰਕੇ ਵੇਖਣਾ ਸੈੱਟ ਹੋਇਆ, ਤੇ ਫਿਰ ਉਹਨਾਂ ਮੰਮੀ ਦੀ ਲੱਤ ਉੱਤੇ ਭਾਰ ਪਵਾ ਦੇਣਾ ਅੱਜ। ਹੈ ਮੰਮੀ, ਹਾਂ ਕਿੱਦਾਂ ਘੁੰਮ ਹੋਣ ਡਿਆ ਇੰਨੇ ਦਿਨਾਂ ਬਾਅਦ ਅੱਜ ਉੱਠਣਾ ਆ? ਅੱਜ ਮੰਮੀ ਤੁਰ ਕੇ ਆਉਣਗੇ ਹੈ ਨਾ? ਹਾਂ ਬਾਬੇ ਨੇ ਕਿਰਪਾ ਕੀਤੀ, ਸਹੀ ਸਲਾਮਤ ਸਾਰਾ ਕੁਝ ਹੋ ਗਿਆ, ਐਕਸਰਿਆਂ 'ਚ ਸਭ ਕੁਝ ਸਹੀ ਆ ਗਿਆ, ਤੇ ਹਾਂ ਫਿਰ ਤੇ ਅੱਜ ਪਰਾਉਣਗੇ ਮੈਨੂੰ। ਹਾਂ ਦੱਸਾਂ ਕੀ ਚੱਕਰ ਆ, ਕਿਉਂਕਿ 25 ਦਿਨ ਹੋ ਗਏ ਆ, ਤੇ ਇੰਨੇ ਦਿਨਾਂ ਬਾਅਦ ਜਦੋਂ ਅੱਜ ਮੰਜੀ ਤੋਂ ਉੱਠਣਾ ਆਇਆ, ਤੇ ਫਿਰ ਥੋੜ੍ਹਾ ਬਹੁਤਾ ਹੋਣਾ ਤੇ ਉਦਾਂ ਹੈ ਹੀ ਆ ਵੀ ਬੰਦਾ ਕਈ ਵਾਰ ਚੱਕਰ ਚੁੱਕਰ ਵੀ ਆ ਜਾਂਦੇ ਹੈ ਕਿ ਨਹੀਂ, ਕਿਉਂਕਿ 25 ਦਿਨ ਹੋ ਗਿਆ ਲਗਾਤਾਰ ਬੈੱਡ ਦੇ ਉੱਤੇ ਲੰਮੇ ਪਿਆ ਨੂੰ ਤੁਹਾਨੂੰ। ਚੱਕਰ ਤੇ ਮੈਂ ਜਦੋਂ ਉੱਠ ਲਈ ਤਾਂ ਵੀ ਮੈਨੂੰ ਆ ਜਾਂਦੇ ਆ, ਅਜੇ ਵੀ ਹਾਂ ਜੇ ਮੈਂ ਲੰਮੇ ਬੋਲੀ ਤਾਂ ਵੀ ਮੈਨੂੰ ਚੱਕਰ ਆ ਜਾਂਦੇ ਆ ਅਜੇ ਵੀ। ਕੋਈ ਗੱਲ ਨਹੀਂ, ਬਾਕੀ ਵੇਖਦੇ ਹਾਂ ਅੱਜ ਡਾਕਟਰ ਸਾਹਿਬ ਕੀ ਕਹਿੰਦੇ ਆ ਹੋਸਪਿਟਲ ਜਾ ਕੇ। ਹੈ ਨਾਲੇ ਨਾ ਕਮਜ਼ੋਰੀ ਜਿਹੜੀ ਸਰੀਰ ਦਾ ਬਹੁਤ ਹੀ ਜ਼ਿਆਦਾ ਹੀ ਮਹਿਸੂਸ ਕਰਨ ਡਿਆ ਕਮਜ਼ੋਰੀ, ਤਾਂ ਕਰਕੇ ਉਹਦੇ ਨਾਲ ਵੀ ਚੱਕਰ ਜ਼ਿਆਦਾ ਹੋ ਗਿਆ। ਕਮਜ਼ੋਰੀ ਫਿਰ ਆ ਹੀ ਜਾਂਦੀ ਹੈ, ਕਿਉਂਕਿ ਹੁਣ ਵੇਖੋ ਕਈ ਵਾਰ ਹੁੰਦਾ ਕੀ ਆ ਵੀ ਹੁਣ ਵੇਖੋ ਜਦੋਂ ਆਪਾਂ ਤੁਰਦੇ ਫਿਰਦੇ ਹਾਂ ਤੇ ਸਰੀਰ ਸਾਡਾ ਚੰਗਾ ਭਲਾ ਤੰਦਰੁਸਤ ਹੁੰਦਾ ਹੈ, ਸਰੀਰ ਨੂੰ ਰੋਟੀ ਲੱਗਦੀ, ਰੋਟੀ ਪਾਣੀ ਲੱਗਦਾ ਹੈ ਕਿ ਨਹੀਂ? ਹੁਣ ਜਦੋਂ ਆਪਾਂ ਰੋਟੀ ਪਾਣੀ ਖਾ ਕੇ ਇੱਕੋ ਜਗ੍ਹਾ ਦੇ ਉੱਤੇ ਬੈਠੇ ਰਹਿਣਾ, ਫਿਰ ਉਹ ਗੱਲਬਾਤ ਨਹੀਂ ਨਾ ਬਣਦੀ ਹੈਗੀ, ਸਰੀਰ ਨੂੰ ਤਾਕਤ ਕਿੱਥੋਂ ਮਿਲਣੀ ਆ? ਡਰਦੇ ਮਾਰੇ ਫਿਰ ਖਾਈ ਦਾ ਵੀ ਥੋੜਾ ਹੀ ਹੈ ਨਾ ਕੁਝ ਵੀ, ਉਹੀ ਗੱਲ ਹੈ ਨਾ। ਮੰਜੀ ਤੇ ਲੰਮੇ ਪਿਆ ਬਚਣਾ ਨਹੀਂ ਕੁਝ ਵੀ। ਤੇ ਬਾਕੀ ਆ ਜਿਹੜੀ ਮੱਥੇ ਤੇ ਸੱਟ ਲੱਗੀ ਸੀ ਉਹਦਾ ਫਰਕ ਪੈ ਗਿਆ ਆ, ਵੇਖੋ ਮਾਸ ਜੁੜ ਗਿਆ ਆ। ਤੇ ਮੰਮੀ ਕਿੰਨੇ ਕੁ ਵਜੇ ਨਾਲ ਜਾਣਾ ਫਿਰ? ਜਾਣੇ ਆ 12 ਵਜੇ ਨਾਲ। 12 ਕੁ ਵਜੇ ਨਾਲ? ਹਾਂ ਮੈਂ ਕੰਮ ਠੀਕ। ਕੁੰਮ ਕਰ ਲੈਣਾ, ਰੋਟੀ ਪਾਣੀ ਪਾ ਲਓ, ਹਾਂ ਪੱਠਿਆਂ ਪੁੱਠਿਆਂ ਦਾ ਵੀ ਕਰ ਲਓ, ਫਿਰ ਕੀ ਪਤਾ ਕਿੰਨਾ ਟਾਈਮ ਲੱਗਣਾ, ਠੀਕ ਆ, 12 ਵਜੇ ਤੇ ਚੱਲ ਜਾਂਗੇ ਫਿਰ। ਚਲੋ ਠੀਕ ਆ। ਤੇ ਅੱਜ ਵੈਸੇ ਜਾਣਾ ਆਪਾਂ ਆਪਣੀ ਗੱਡੀ ਦੇ ਵਿੱਚ ਹੀ ਆ। ਕੋਸ਼ਿਸ਼ ਕਰਨੀ ਆ ਅੱਜ ਆਪਣੀ ਗੱਡੀ ਤੇ ਜਾਣ ਹਾਂ, ਤੇ ਡਾਕਟਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕੋਸ਼ਿਸ਼ ਕਰਿਓ, ਠੀਕ ਆ, ਤੇ ਵੇਖਦੇ ਹਾਂ ਅੱਜ, ਤੇ ਚੱਲਦੇ ਹਾਂ ਫਿਰ ਸ਼ਹਿਰ ਨੂੰ। ਹੈ ਤੇ ਕਿਰਨ, ਤੂੰ ਕਿਹੜੀਆਂ ਸੋਚਾਂ 'ਚ ਪਈ ਆ? ਕਿਰਨ ਦਾ ਤੇ ਮੂੰਹ ਤੋਂ ਵੇਖ ਕੇ ਦੁਰਨ ਲੱਗ ਜਾਂਦਾ ਵੀ ਜਿੱਦਾਂ ਥੱਕੀ ਹੁੰਦੀ ਆ ਚੰਗੀ ਕੰਮ ਕਰਕੇ ਵਿਚਾਰੀ। ਮੇਰੀ ਹੈ ਗੱਲ ਸੁਣ, ਸਾਰਾ ਦਿਨ ਕੰਮ ਕਰਦੀ ਰਹਿਣਾ ਜਿਹਨੇ, ਹਾਂ ਜੇ ਫਿਰ ਕਿਹਤੇ ਆ ਉਹ ਇੰਨਾ ਸਤਾਉਂਦਾ ਵਾ, ਜਦੋਂ ਤੈਨੂੰ ਪਤਾ ਜਿਦੇ ਚੜ ਜਾਂਦਾ ਵਾ, ਹਾਂਜੀ ਉਹਨੇ ਆਖਣਾ ਵੀ ਮੈਨੂੰ ਬਸ ਮੰਮੀ ਚੁੱਕੇ, ਤੇ ਹਾਂ ਅੱਗੇ ਜਿਦੇ ਚੜਦਾ ਹੁੰਦਾ ਸੀ ਤੇ ਮੈਂ ਉਹਨੂੰ ਬਾਹਰ ਬੂਰ ਨੂੰ ਲੈ ਜਾਣਾ, ਤੇ ਉਹਨੇ ਘੁੰਮ ਫਿਰ ਆਉਣਾ, ਤੇ ਉਹਨੇ ਚੱਲ ਨਹੀਂ ਇੰਨਾ ਸਤਾਉਣਾ, ਹਾਂ ਤੇ ਹੁਣ ਤੇ ਇਹਨੂੰ ਵਿਚਾਰੀ ਨੂੰ ਸਤਾਉਂਦਾ ਨਾ, ਉਹ ਫਿਰ ਥੱਕ ਜਾਂਦੀ ਹੈ ਵਿਚਾਰੀ, ਨਾਲੇ ਇਹਦੇ ਪ੍ਰਸ਼ਨ ਹੋਏ ਨੇ ਉਹਦੇ ਕਿੰਨਾ ਚਿਰ ਹੋਇਆ, ਬਿਲਕੁਲ ਜੀ ਬਿਲਕੁਲ। ਤੇ ਜਿਹਨੂੰ ਚਲੋ ਸਾਰਾ ਇੰਨਾ ਕੰਮ ਕਰਨਾ ਪੈਣ ਡਿਆ ਵਾ, ਕੀ ਕਰੀਏ ਹੁਣ, ਕੰਮ ਕਰਨਾ ਤਾਂ ਨਹੀਂ ਆ, ਹੈ, ਬੰਦੇ ਦਾ ਸਰੀਰ ਐਕਟਿਵ ਹੋਣਾ ਚਾਹੀਦਾ, ਸਰੀਰ ਠੀਕ ਹੋਣਾ ਚਾਹੀਦਾ, ਨੀਂਦ ਆਈ ਆ? ਨਾਲੇ ਥੱਕ ਜਾਂਦੀ ਹੈ ਹਰ ਚੀਜ਼ ਕੰਮ, ਉਹਦੇ ਨਾਲ ਠੀਕ ਫਿਰ ਹੈ। ਆਪ ਨੂੰ ਵੀ ਲੱਕ 'ਚ ਟੀਕੇ ਟਾਕੇ ਜਦੋਂ ਲੱਗੇ ਹੁੰਦੇ ਉਹ ਫਿਰ ਪੀੜ ਕਰਦੇ ਆ। ਸੋ ਚਲੋ ਠੀਕ ਹੈ ਜੀ, ਹੁਣ ਮਿਲਦੇ ਹਾਂ ਜੀ ਤੁਹਾਨੂੰ ਹੋਸਪਿਟਲ ਜਾ ਕੇ ਆਪਾਂ। ਹਾਂਜੀ, ਸੋ ਐਕਸਰੇ ਹੋ ਗਿਆ ਜੀ ਮੰਮੀ ਜੀ ਦੇ ਲੱਤ ਦਾ, ਤੇ ਡਾਕਟਰ ਸਾਹਿਬ ਨੇ ਐਕਸਰੇ ਵੇਖ ਕੇ ਕਹਿਤਾ ਆ ਵੀ ਤੁਸੀਂ ਲੱਤ ਦੇ ਉੱਤੇ ਭਾਰ ਪਾ ਸਕਦੇ ਜੇ, ਮਤਲਬ ਕਿ ਥੋੜ੍ਹਾ ਥੋੜ੍ਹਾ ਭਾਰ ਪਾਉਣਾ ਜਿਹੜਾ ਆਪਾਂ ਲੱਤ ਦੇ ਉੱਤੇ ਸ਼ੁਰੂ ਕਰਾ ਦੇਣਾ ਆ।
ਤੇ ਅੱਜ ਕਾਫੀ ਦਿਨਾਂ ਬਾਅਦ ਮੰਮੀ ਆਪਣੇ ਪੈਰਾਂ ਤੇ ਸਟੈਂਡ ਹੋਏ ਆ ਤੇ ਸਪੋਰਟ ਰੱਖੀ ਆ ਨਾਲ, ਤਾਂ ਕਿ ਅਜੇ ਪਹਿਲੇ ਦਿਨ ਉੱਠੇ ਆ ਨਾ 25 ਦਿਨਾਂ ਬਾਅਦ, ਤਾਂ ਕਰਕੇ ਵੀ ਮਤਲਬ ਕਿ ਪ੍ਰੋਬਲਮ ਨਾ ਆਏ। ਤੇ ਫਿਰ ਬਾਕੀ ਘਰ ਜਾ ਕੇ ਮੰਮੀ ਨਾਲ ਆਪਾਂ ਕਰਦੇ ਆ ਗੱਲਬਾਤ ਸਾਰੀ। ਸ਼ਾਬਾ ਸ਼ਾਬਾ। ਹਾਂਜੀ ਮੰਮੀ ਆ ਗਏ ਜੇ ਫਿਰ? ਆ ਗਏ ਪੁੱਤ। ਕਿੱਦਾਂ ਲੱਗਣ ਡਿਆ ਫਿਰ ਇੰਨੇ ਦਿਨਾਂ ਬਾਅਦ ਅੱਜ ਉੱਠ ਕੇ? ਬੜਾ ਵਧੀਆ ਲੱਗਣ ਡਿਆ। ਹਾਂ ਪੂਰੇ ਅੱਜ 25 ਦਿਨਾਂ ਬਾਅਦ ਉੱਠੇ ਜੇ। ਹੈ ਹਾਂ ਅੱਜ 25 ਦਿਨ ਹੋ ਗਏ ਪੂਰੇ। ਤੇ ਪਵਾਰ ਦਾ ਫਿਰ ਡਾਕਟਰ ਨੇ ਭਾਰ ਲੱਤ ਤੇ ਅੱਜ? ਹਾਂ ਡਾਕਟਰ ਤੇ ਮਖੌਲ ਕਰਦਾ ਹੁੰਦਾ ਬੀਬੀ ਬਸ ਮੈਂ ਭੱਜੀ ਜੇ ਕਹਿ ਨਾ ਦੜਾ ਤੂੰ ਮੈਨੂੰ ਅਜੇ ਮੈਂ ਮੈਨੂੰ ਨਾ ਦੜਾ ਅਜੇ ਮੈਂ ਦੌੜਨ ਜੋਗੀ ਹੋਈ। ਅੱਛਾ ਸਰੀਰ ਕਮਜ਼ੋਰ ਹੋ ਗਿਆ ਆ। ਕਮਜ਼ੋਰ ਬੜਾ ਜ਼ਿਆਦਾ ਹੋ ਗਿਆ, ਬਹੁਤਾ ਜ਼ਿਆਦਾ ਜਿਹਨੂੰ ਆਖੀਦਾ ਨਾ। ਹਾਂ ਏਦਾਂ ਸਰੀਰ ਮਹਿਸੂਸ ਕਰਨ ਡਿਆ। ਹਾਂ ਆ ਕਿੰਨਾ ਕੁ ਗੱਡੀ ਚ ਉਤਰ ਕੇ ਆਏ ਤੇ ਮੈਂ ਸੌ ਸਹੀ ਹੋ ਗਈ ਆ। ਓਹੋ ਯਾਰ ਇੰਨੇ ਇੰਨੇ ਦਿਨਾਂ ਬਾਅਦ ਤੁਰਨ ਡੇ ਜੇ ਤੁਸੀਂ? ਹੈ ਤੇ ਇਹ ਅਜੇ ਗੱਲਬਾਤ ਹੈ, ਡਾਕਟਰ ਸਾਹਿਬ ਨੇ ਅੱਜ ਲੱਤ 'ਤੇ ਭਾਰ ਪਵਾ ਦਿੱਤਾ ਮੰਮੀ 'ਤੇ, ਅਤੇ ਕਹਿਣ ਡੇ ਵੀ ਹੁਣ ਤੁਸੀਂ ਦਿਨ 'ਚ 2-3 ਵਾਰ ਕੋਸ਼ਿਸ਼ ਕਰਿਆ ਕਰੋ ਤੁਰਨ ਦੀ। ਅਤੇ ਬਾਕੀ ਮੰਮੀ ਗੋਡਾ ਪੀੜ ਕਰਦਾ ਸੀ? ਗੋਡਾ ਕਰਦਾ ਪੀੜ, ਗੋਡਾ ਮੁੜਦਾ ਘੱਟ ਆ। ਉਹ ਫਿਰ ਡਾਕਟਰ ਸਾਹਿਬ ਕਹਿੰਦੇ ਵੀ ਥੋੜ੍ਹਾ ਬਹੁਤ ਨਾ ਜਿਹੜੇ ਲੰਮੇ ਪਏ ਹੁੰਦੇ ਆ ਨਾ ਮੰਮੀ, ਅਤੇ ਉਦੋਂ ਗੋਡੇ ਨੂੰ ਥੋੜ੍ਹਾ ਬਹੁਤਾ ਨਾ ਠਾਂ ਥਾਂ ਕਰਿਆ ਕਰੋ, ਕਿਉਂਕਿ ਇੰਨੇ ਦਿਨ ਲੱਤ ਸਿੱਧੀ ਰਹੀ ਹੈ ਨਾ, ਤਾਂ ਕਰਕੇ ਫਿਰ ਗੋਡੇ ਦੀ ਜਿਹੜੀ ਫਲੈਕਸੀਬਿਲਟੀ ਹੁੰਦੀ ਆ ਉਹ ਥੋੜ੍ਹੀ ਘੱਟ ਜਾਂਦੀ ਆ, ਅਤੇ ਜਦੋਂ ਐਕਸਰਸਾਈਜ਼ ਕਰੋਗੇ ਥੋੜ੍ਹੀ ਬਹੁਤੀ ਤਾਂ ਫਿਰ ਆਪੇ ਸਹੀ ਹੋ ਜਾਣਾ ਆ। ਮੁੜਦਾ ਆ ਪਰ ਥੋੜ੍ਹਾ ਜਿਹਾ ਮੁੜਦਾ ਵਾ ਨਾ, ਜ਼ਿਆਦਾ ਨਹੀਂ ਮੁੜਦਾ। ਉਸ ਤਰ੍ਹਾਂ ਹੀ ਤਰ੍ਹਾਂ ਖਲੋਤਿਆਂ ਪੀੜ ਤਾਂ ਨਹੀਂ ਹੁੰਦੀ? ਇੱਦਾਂ ਤਾਂ ਹੁਣ ਮੈਂ ਭਾਰੀ ਦੂਜੀ ਲੱਤ 'ਤੇ ਪਾਇਆ ਵਾ। ਇੱਥੇ ਤਾਂ ਬਸ ਮਾੜਾ ਜਿਹਾ ਹੀ ਆਸਰਾ ਹੀ ਆ ਉਹ ਲੱਤ 'ਤੇ। ਠੀਕ ਆ ਠੀਕ ਆ, ਜ਼ਿਆਦਾ ਨਾ ਪਾਇਓ, ਉਹੀ 20% 100 ਦੇ ਵਿੱਚੋਂ। ਠੀਕ ਆ, ਅਤੇ ਇਹ ਆ ਜੀ ਗੱਲਬਾਤ। ਅਤੇ ਅੱਜ ਮੰਮੀ ਜੀ ਨੂੰ ਡਾਕਟਰ ਸਾਹਿਬ ਨੇ ਖੜੇ ਕਰਤਾ ਆ ਆਪਣੇ ਪੈਰਾਂ ਦੇ ਉੱਤੇ, ਅਤੇ ਬਸ ਥੋੜ੍ਹੀ ਜਿਹੀ ਮੰਮੀ ਹੋਰ ਗੱਲ ਆ, ਮਹੀਨੇ 1.5-2 ਮਹੀਨੇ ਦੀ ਜ਼ਿਆਦਾ ਤੰਗੀ ਹੋਰ ਥੋੜ੍ਹੀ ਜਿਹੀ ਹੋਣੀ ਆ। ਅਤੇ ਵੇਖੋ ਅੱਜ ਹੁਣ ਪਹਿਲਾਂ ਦਿਨ ਆ ਖੜੇ ਹੋਇਆ ਨੂੰ, ਫਿਰ ਹੌਲੀ ਹੌਲੀ ਦਿਨ ਪ੍ਰਤੀ ਦਿਨ ਆਪੇ ਸੈੱਟ ਹੁੰਦਾ ਜਾਣਾ ਕੰਮ ਹੈ। ਤੇ ਇਹ ਆ ਜੀ ਗੱਲਬਾਤ। ਤੇ ਚਲੋ ਆਓ ਪਹੁੰਚੋ ਫਿਰ ਤੁਸੀਂ ਆਪਣੇ ਬਿਸਤਰੇ ਤੇ ਕਰੋ ਪ੍ਰਧਾ ਕੀ ਕਹਿੰਦੇ ਪਸਾਰੋ ਪੈਰ ਆਪਣੇ, ਵਿਰਾਜਮਾਨ ਹੋਵੋ ਤੁਸੀਂ ਆਪਣੇ ਬਿਸਤਰੇ ਤੇ। ਉਹ ਚਲੋ ਕੋਈ ਗੱਲ ਨੀ, ਜਿਹੜੀ ਸੱਟ ਕਿਸਮਤ ਚ ਲਿਖੀ ਸੀ ਲੱਗ ਗਈ, ਕੀ ਕਹਿ ਸਕਦੇ ਹੈ। ਹਾਂ ਤੇ ਇਹ ਆ ਜੀ ਗੱਲਬਾਤ। ਤੇ ਚਲੋ ਮੰਮੀ ਹੁਣ ਕਰਦੇ ਆ ਰੈਸਟ, ਤੇ ਆਪਾਂ ਫਿਰ ਕਰਦੇ ਹਾਂ ਜੀ ਵਲੋਗ ਦਾ ਇੱਥੇ ਹੀ ਐਂਡ, ਤੇ ਜਲਦੀ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ। ਓਕੇ ਮੰਮੀ, ਬਾਏ ਬਾਏ। ਬਾਏ ਬਾਏ ਜੀ, ਠੀਕ ਹੈ।